ਉਹਨੇ ਉਹ ਲਗਾਉਂਦੀ ਸੀ ਵੀ ਅਤੇ ਮੈਨੂੰ ਕਹਿੰਦੀ ਥੋੜ੍ਹਾ ਜਿਹਾ ਲਗਾ ਕੇ ਦੇਖ, ਮੈਂ ਮੈਨੂੰ ਲਗਾਉਣਾ ਨਹੀਂ ਆਉਂਦਾ। ਉਹਨੇ ਲਗਾ ਤਾ, ਜੋ ਉਹਨੇ ਲਗਾਇਆ ਉਹ ਇਸ ਤਰ੍ਹਾਂ ਦਾ ਲਗਾਇਆ ਕਿ ਉਹ ਮੈਨੂੰ ਪੱਕਾ ਹੀ ਲੱਗ ਗਿਆ। ਦੇਵ ਪਾ, ਹੁਣ ਰਸਤਾ ਹੀ ਨਹੀਂ ਕੋਈ ਰਹਿ ਚੁੱਕਿਆ ਨਸ਼ਾ ਪੂਰਾ ਕਰਨ ਵਾਸਤੇ। ਕਿਉਂਕਿ ਕਿਸੇ ਟਾਈਮ 'ਤੇ ਮੇਰੇ 'ਤੇ ਇਸ ਤਰ੍ਹਾਂ ਮਤਲਬ ਪੁਲਿਸ ਵਾਲਿਆਂ ਨੇ ਦਰਖਾਸਤ ਫੜ ਲਿਆ ਸੀ ਮੈਨੂੰ ਇਸ ਤਰ੍ਹਾਂ ਨਸ਼ੇ ਦੇ ਕੇਸ 'ਚ, ਅਤੇ ਉੱਥੇ ਫੋਨ ਉਹਨਾਂ ਨੇ ਕੀਤਾ ਮੇਰੀਆਂ ਸਿਸਟਰਾਂ ਨੂੰ, ਅਤੇ ਮੇਰੀਆਂ ਸਿਸਟਰਾਂ ਕਹਿੰਦੀਆਂ ਸਾਡੀ ਤਾਂ ਕੋਈ ਭੈਣ ਹੀ ਨਹੀਂ ਹੈ, ਮਰ ਗਈ ਸਾਡੇ ਵਾਸਤੇ। ਪੈਸੇ ਦਿਨ ਦੇ ਮੇਰੇ 10,000 ਰੁਪਇਆ ਕਮਾ ਲੈਂਦੀ ਹੁੰਦੀ ਸੀ ਡਾਂਸ ਦਾ ਅਤੇ ਜਾਗਰਣ ਦੇ ਕੰਮ ਤੋਂ। ਬਹੁਤ ਜ਼ਿਆਦਾ ਹੀ ਮਤਲਬ ਕਿ ਮੇਰੇ ਬੋਰਡ ਲੱਗੇ ਹੁੰਦੇ ਸੀ ਬਟਾਲੇ ਕਿਸੇ ਟਾਈਮ 'ਤੇ, ਅਤੇ ਇੰਨੀ ਸਿੰਗਿੰਗ ਦਾ ਕੰਮ ਸੀ ਮੇਰਾ, ਇੰਨਾ ਇੰਨੀ ਮਾਰਕੀਟ ਸੀ ਡਾਂਸ ਦੀ, ਕੁਛ ਕਹਿ ਨਹੀਂ ਸੀ ਸਕਦੇ। ਨਸ਼ਾ ਕੋਈ ਨਹੀਂ ਇਸ ਤਰ੍ਹਾਂ ਦਾ ਜਿਹੜਾ ਮੈਂ ਨਹੀਂ ਕੀਤਾ ਹੋਏਗਾ। ਅੱਜ ਆਪਣੇ ਦਰਸ਼ਕਾਂ ਨੂੰ ਉਸ ਇਨਸਾਨ ਨਾਲ ਮਿਲਾਵਾਂਗੇ ਜਿਹੜੀ ਕਦੀ ਸਟੇਜ 'ਤੇ ਚੜ੍ਹਦੀ ਸੀ ਤਾਂ ਤਾੜੀਆਂ ਦੀ ਗੂੰਜ ਇੰਨੀ ਹੁੰਦੀ ਸੀ ਕਿ ਜਿੰਨੀ ਤਾੜੀਆਂ ਦੀ ਗੂੰਜ ਓਨੇ ਹੀ ਪੈਸੇ ਇਹਦੇ ਉੱਤੋਂ ਵਾਰੇ ਜਾਂਦੇ ਸੀ। ਗਾਉਣ ਦੀ ਵੀ ਕਲਾ ਇਸ ਕੋਲ ਮੌਜੂਦ ਹੈ, ਨੱਚਣ ਦੀ ਵੀ ਕਲਾ ਇਸ ਕੋਲ ਮੌਜੂਦ ਹੈ, ਪਰ ਵਕਤ ਨੇ ਗੇੜ ਖਾਧਾ ਤਾਂ ਇਹ ਨਸ਼ੇ ਦੀ ਦਲਦਲ 'ਚ ਫਸ ਗਈ। ਅੱਜ ਜਿੱਥੇ ਰੱਜ ਕੇ ਨਸ਼ਾ ਕਰਦੀ ਪਈ ਆ ਉੱਥੇ ਹੀ ਦੇਹ ਵਪਾਰ ਦਾ ਧੰਦਾ ਵੀ ਕਰਦੀ ਹੈ। ਕਿਉਂ ਇਸ ਦਲਦਲ 'ਚ ਫਸੀ? ਸਾਡੇ ਨਾਲ ਮੌਜੂਦ ਆ ਬਟਾਲੇ ਸ਼ਹਿਰ ਦੀ ਡਾਂਸਰ, ਜਿਹੜੀ ਕਿ ਕਦੀ ਜਦੋਂ ਬਾਜ਼ਾਰ 'ਚੋਂ ਲੰਘਦੀ ਸੀ ਜਾਂ ਸਟੇਜਾਂ 'ਤੇ ਜਾਂਦੀ ਸੀ ਤਾਂ ਤਾੜੀਆਂ ਹੀ ਤਾੜੀਆਂ ਇਸ 'ਤੇ ਆਲੇ ਦੁਆਲੇ ਹੁੰਦੀਆਂ ਸੀ। ਗੱਲਬਾਤ ਕਰਾਂਗੇ, ਜਾਣਾਂਗੇ ਕਿ ਆਖਿਰ ਇਸ ਮਾਹੌਲ 'ਚ ਪਈ ਕਿੱਦਾਂ। ਪਰਿਵਾਰ 'ਚ? ਹਾਂਜੀ, ਪਰਿਵਾਰ 'ਚ ਮੇਰੇ 3 ਸਿਸਟਰਾਂ ਨੇ, ਇੱਕ ਬ੍ਰਦਰ ਨੇ। ਮੰਮੀ ਪਾਪਾ ਐਕਸਪਾਇਰ ਹੋ ਚੁੱਕੇ ਨੇ, ਉਹ ਆਪਣੇ ਆਪਣੇ ਘਰ ਨੇ, ਉਹ ਕਦੇ ਮਿਲੇ ਵਰਤੇ ਨਹੀਂ ਹੈਗੇ। ਜਦੋਂ ਦਾ ਉਹਨਾਂ ਨੂੰ ਪਤਾ ਲੱਗਾ ਵੀ ਮੈਂ ਨਸ਼ੇ 'ਚ ਪੈ ਗਈ ਹੋਈ ਹਾਂ। ਮੈਂ ਡਾਂਸ ਦਾ ਅਤੇ ਸਿੰਗਿੰਗ ਦਾ ਕੰਮ ਕਰਦੀ ਸੀ। ਬਹੁਤ ਜ਼ਿਆਦਾ ਹੀ ਮਤਲਬ ਕਿ ਮੇਰੇ ਬੋਰਡ ਲੱਗੇ ਹੁੰਦੇ ਸੀ ਬਟਾਲੇ ਕਿਸੇ ਟਾਈਮ 'ਤੇ, ਅਤੇ ਇੰਨੀ ਸਿੰਗਿੰਗ ਦਾ ਕੰਮ ਸੀ ਮੇਰਾ, ਇੰਨਾ ਇੰਨੀ ਮਾਰਕੀਟ ਸੀ ਡਾਂਸ ਦੀ, ਕੁਛ ਕਹਿ ਨਹੀਂ ਸੀ ਸਕਦੇ। ਪੈਸੇ ਦਿਨ ਦੇ ਮੇਰੇ 10,000 ਰੁਪਇਆ ਕਮਾ ਲੈਂਦੀ ਹੁੰਦੀ ਸੀ ਡਾਂਸ ਦਾ ਅਤੇ ਜਾਗਰਣ ਦੇ ਕੰਮ ਤੋਂ। ਹਾਂਜੀ, ਉਹ ਸਾਰੇ ਨਸ਼ੇ 'ਚ ਹੀ ਉਜਾੜਤੇ ਮੈਂ। ਨਸ਼ੇ 'ਚ ਮੈਂ ਡਾਂਸ ਲਾਈਨ 'ਚ ਮੇਰੀ ਇੱਕ ਬਹੁਤ ਕਲੋਜ਼ ਫਰੈਂਡ ਸੀ, ਜਿਹਨੇ ਇੱਕ ਦਿਨ ਮਤਲਬ ਇਸ ਤਰ੍ਹਾਂ ਹੀ ਲੋਕਲ ਮੇਰਾ ਸ਼ੋਅ ਸੀ, ਮੇਰੇ ਕੋਲ ਸਕੂਟਰੀ ਹੁੰਦੀ ਸੀ, ਮੈਨੂੰ ਕਹਿੰਦੀ ਆ ਥੋੜ੍ਹਾ ਜਿਹਾ ਚੱਲੀਏ ਘਰ, ਮੈਨੂੰ ਕੀ ਪਤਾ ਸੀ ਉਹ ਨਸ਼ਾ ਲਗਾਉਣ ਜਾ ਰਹੀ ਆ। ਉਹਨੇ ਉਹ ਲਗਾਉਂਦੀ ਸੀ ਵੀ ਅਤੇ ਮੈਨੂੰ ਕਹਿੰਦੀ ਥੋੜ੍ਹਾ ਜਿਹਾ ਲਗਾ ਕੇ ਦੇਖ, ਮੈਂ ਮੈਨੂੰ ਲਗਾਉਣਾ ਨਹੀਂ ਆਉਂਦਾ। ਉਹਨੇ ਲਗਾ ਤਾ, ਜੋ ਉਹਨੇ ਲਗਾਇਆ ਉਹ ਇਸ ਤਰ੍ਹਾਂ ਦਾ ਲਗਾਇਆ ਕਿ ਉਹ ਮੈਨੂੰ ਪੱਕਾ ਹੀ ਲੱਗ ਗਿਆ। ਨਸ਼ਾ ਕੋਈ ਨਹੀਂ ਇਸ ਤਰ੍ਹਾਂ ਦਾ ਜਿਹੜਾ ਮੈਂ ਨਹੀਂ ਕੀਤਾ ਹੋਏਗਾ। ਜਿਸ ਤਰ੍ਹਾਂ ਡਰਿੰਕ ਲਗਾ ਲਓ, ਕੈਪਸੂਲ ਲਗਾ ਲਓ, ਭੰਗ ਲਗਾ ਲਓ ਜਾਂ ਚਿੱਟਾ ਲਗਾ ਲਓ। ਹਾਂਜੀ, ਇੰਜੈਕਸ਼ਨ। ਹਾਂਜੀ, ਔਰਤ ਹੋ ਕੇ ਅਜਿਹਾ ਕਿਉਂ? ਇਸ ਕਰਕੇ ਜੇ ਇੱਕ ਵਜ੍ਹਾ ਇਹ ਵੀ ਹੈ ਕਿ ਮੇਰੇ ਪਰਿਵਾਰ ਨੇ ਮੇਰਾ ਸਾਥ ਛੱਡਤਾ ਔਖੇ ਟਾਈਮ 'ਤੇ। ਕਿਉਂਕਿ ਕਿਸੇ ਟਾਈਮ 'ਤੇ ਮੇਰੇ 'ਤੇ ਇਸ ਤਰ੍ਹਾਂ ਮਤਲਬ ਪੁਲਿਸ ਵਾਲਿਆਂ ਨੇ ਦਰਖਾਸਤ ਫੜ ਲਿਆ ਸੀ ਮੈਨੂੰ ਇਸ ਤਰ੍ਹਾਂ ਨਸ਼ੇ ਦੇ ਕੇਸ 'ਚ, ਅਤੇ ਉੱਥੇ ਫੋਨ ਉਹਨਾਂ ਨੇ ਕੀਤਾ ਮੇਰੀਆਂ ਸਿਸਟਰਾਂ ਨੂੰ, ਅਤੇ ਮੇਰੀਆਂ ਸਿਸਟਰਾਂ ਕਹਿੰਦੀਆਂ ਸਾਡੀ ਤਾਂ ਕੋਈ ਭੈਣ ਹੀ ਨਹੀਂ ਹੈ, ਮਰ ਗਈ ਸਾਡੇ ਵਾਸਤੇ। ਅਤੇ ਫਿਰ ਮੈਂ ਵੀ ਆਪਣੀਆਂ ਭੈਣਾਂ ਦਾ ਸਾਥ ਛੱਡਤਾ ਵੀ ਜਿੰਨਾ ਚਿਕਰ ਮੈਂ ਪੈਸਾ ਦਿੰਦੀ ਸੀ, ਕਮਾਈ ਦਿੰਦੀ ਸੀ, ਉਨਾ ਚਿਕਰ ਮੈਂ ਉਹਨਾਂ ਦੀ ਭੈਣ ਸੀ। ਜਦੋਂ ਮੇਰੇ 'ਤੇ ਮੁਸੀਬਤ ਪਈ, ਵਿਆਹ ਮੇਰੀ ਹੋਇਆ ਸੀ ਛੋਟੀ ਏਜ 'ਚ ਮੇਰੇ ਪਾਪਾ ਨੇ ਕਰਤਾ ਸੀ, 13 ਸਾਲ ਦੀ ਸੀ, ਅਤੇ 17 ਸਾਲ ਦੀ ਉਮਰ 'ਚ ਮੇਰਾ ਡਿਵੋਰਸ ਵੀ ਹੋ ਗਿਆ ਸੀ। ਫਿਰ ਡਾਂਸ ਲਾਈਨ 'ਚ ਡੈਡੀ ਦੀ ਡੈਥ ਤੋਂ ਬਾਅਦ ਪੈ ਗਈ ਸੀ, ਕਿਉਂਕਿ ਘਰ ਦੀ ਜ਼ਿੰਮੇਵਾਰੀ ਮੇਰੇ 'ਤੇ ਪੈ ਗਈ ਸੀ, ਵੱਡੀ ਮੈਂ ਸੀ, ਭੈਣਾਂ ਦੇ ਵਿਆਹ ਕਰਨੇ ਸੀ। 2 ਸਾਲ ਹੋ ਗਏ ਮੈਨੂੰ ਦੇਵ ਪਾਲ 'ਚ। ਪੈਸੇ ਕੋਈ ਹੁਣ ਤਾਂ ਜ਼ਿਆਦਾ ਮਿਲਦੇ ਨਹੀਂ ਹੈਗੇ, ਕਿਉਂਕਿ ਸਰੀਰ ਮੂੰਹ ਦੇਖ ਕੇ ਤਾਂ ਕੋਈ ਮਿਲ ਲਏਗਾ, ਪਰ ਜਦੋਂ ਦੇਖਦੇ ਆ ਲੱਤਾਂ 'ਤੇ ਇੰਨੇ ਜ਼ਖਮ ਹੋਏ ਆ ਤਾਂ ਫਿਰ ਮਨਾ ਕਰ ਦਿੰਦੇ ਆ ਮਿਲਣ ਤੋਂ ਕਈ।
देवपा हुण रस्ता ही नहीं कोई रह चुकिया नशा पूरा करन वास्ते। कीती बहुत बार मैं रेड क्रॉस भी दाखिल होके आई हुई हाँ, इत्थों ओटी तो भी दवाई खा के देख चुकी हाँ, पर जदों फिर उस तरह की सोसाइटी मिल जाती है भी चला कोई नहीं कम करिए इस तरह, फिर दिल कर पैंदा चलो कोई नहीं कर लैने एक बारी कर लैने, जदों एक बारी करन लग पो फिर दोबारा मतलब पक्का लग जाता। अजाही महसूस होंदा भी हुण कोई रह ही नहीं गया, जिंदगी दा जीण दा मकसद ही नहीं कुछ रह चुक्या हैगा। जिहड़े नशा कर रहे ने मैं ते कहिंदी जिहड़े हजे शौकिया तौर ते करदे पए ने ओह बिलकुल ही दूर हो जाण, क्योंकि मेरी लाइफ ते बिलकुल बर्बाद हो चुकी है। अजकल देखदे कोई खेतां च टीका ला के मरिया हुंदा, कोई किते मरिया हुंदा, अपनी जिंदगी ना खराब करना। एक सब तो वड्डा परिवार नूं कहना चाहवांगी, जे कोई तुहाडा बच्चा नशे च लगा होया वा सब तो साथ वड्डा हुंदा परिवार दा, जे परिवार नाल होए तो बच्चा कदे नहीं नशा करेगा, परिवार साथ देगा तो बच्चे अपने लै के जाएगा नशा केंद्र च दाखिल। भविख हुण मेरा कोई रह ही नहीं चुकिया, बस भविख मेरा खत्म हो चुकिया। आस कुछ भी नहीं हुण रह गई, आस ते बस मौत मंगदी आ मैं अपने मूँह। यो शख्स है जिस दे कदी ताड़ियां दी बुछार हुंदी सी, पैसे दी बुछार हुंदी सी, पर अज जिथे दे व्यापार दे माड़े धंधे च यह लड़की जा फसी, उत्थे दे व्यापार दे धंधे च जाण दा कारण सी नशा। पैसा भी कमाया, दौलत भी कमाई, शोहरत भी कमाई, पर नशे ने सारा कुछ उजाड़ दिता। अगर इस दी गल मन्नी जावे तो इसका कहना है कि जिहड़े शौकी आ नशा करदे आ या करना चाहुंदे आ उह अज भी रुक जाण, क्योंकि नशे की दलदल चो वापस आना मुश्किल है। नशे का नतीजा सिर्फ मौत है। कैमरामैन बंटी दे नाल न्यूज़ 18 पंजाब लई नितिन लूथरा बटाला।